ਪਾਂਡੇ ਹੀ ਫੋਨ ਕੀਤਾ ਉਸੇ ਮੈਂ ਆਪਣੀ ਸ਼ਾਦੀ ਨਹੀਂ ਫਿਲਮ ਕਰਸਾ ਤਾਂ ਪੁਰਾਣੀ ਸ਼ਾਦੀ ਨੇ ਕਿਹਾ ਵੀਡੀਓ ਲਾਈ ਰਿਹਾ ਨਾ ਉਹ ਅਗਾ ਚਾਰ ਫਿਲਮ ਕਮਾਈ ਰਿਹਾ ਦੋ ਫਿਰ ਕਮਾਤੀ ਨਾ ਲੋਕਾਂ ਨੇ ਪਾਉ ਬਣਾਇਆ ਇੱਕ ਵਾਰੀ ਲੋਕਾਂ ਨੇ ਵੀਡੀਓ ਦੱਸੀ ਤਾਂ ਦੁਬਾਰਾ ਆਉਣਾ ਨਾ ਦੱਸਿਆ ਦੁਬਾਰਾ ਜੀ ਮਾਰੇ ਦੋਸਤੋ ਸਲਾਮ ਅਲੈਕਮ ਕਰਨਾ ਸਾਡੀ ਠੀਕ ਸੋ ਖੁਸ਼ ਬਾਸ਼ ਸੁਲਤਾਨੀ ਹਿਫਜ਼ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤਕੀਰ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅੱਜ ਸੋਨੀ ਖਿਦਮਤ ਜੀ ਫਿਰ ਆਜ਼ਰ ਜੀ ਕੇ ਨਵੀਂ ਵੀਡੀਓ ਕੇ ਇੰਤਹਾ ਇਸ ਵੇਲੇ ਮੈਂ ਮੌਜੂਦ ਹਾਂ ਜੀ ਬਾਦਸ਼ਾਹ ਵਿੱਚ ਮੌਸਮ ਸੰਤ ਕਰਨ ਸੋ ਕਾਫੀ ਸੁਹਾਣਾ ਹੋ ਚੁੱਕਿਆ ਨਿੱਕੀ ਨਿੱਕੀ ਬਾਰਿਸ਼ ਲੱਗੀ ਹੈ ਮਿੱਠੀ ਮਿੱਠੀ ਬਾਰਿਸ਼ ਲੱਗੀ ਹੋਈ ਆ ਤਾਂ ਇਸ ਤਰ੍ਹਾਂ ਦੀ ਬਾਰਿਸ਼ ਤਾਂ ਲੱਗੀ ਹੋਈ ਹੈ ਨਾ ਤਾਂ ਸਮਝੋ ਅੱਜ ਬਾਰਿਸ਼ ਪੂਰੀ ਤਿਆਰ ਰਹਿਣ ਵਾਲੀ ਹੈ ਤਾਂ ਸੋ ਅੰਦਾਜ਼ਾ ਲਾਓ ਹੈ ਜਿੱਥੇ ਮੰਝਾਂ ਵੱਧੀਆਂ ਸਨ ਤਾਂ ਮੰਝਾਂ ਵੀ ਇੱਥੇ ਤਿਲਕਣ ਚੌਕ ਬਣਾਇਆ ਜਾ ਰਿਹਾ ਜ਼ਰਾ ਜਿੱਥੇ ਮੰਝਾਂ ਹੋਣ ਉਹ ਫਿਰ ਪੈ ਸ਼ਰ ਮਾਨੀ ਆ ਉਹ ਨਾਲ ਜਵਾਬ ਜਿਹੜੀ ਹੈ ਨਾ ਜੀ ਉਹ ਡੂੰਘੀ ਜਾਣੀ ਮਿੱਟੀ ਛਿੱਟੀ ਪੱਟਣਾ ਹੋਣੀ ਤਾਂ ਫਿਰ ਚਿੱਕਰ ਤਾਂ ਬਣਨਾ ਹੀ ਆ ਲੱਕੜੀਆਂ ਵੀ ਕਾਲੀਆਂ ਭੋਰ ਬਣੀ ਗਈਆਂ ਕਾਲੀਆਂ ਸਿਆਹ ਗਈਆਂ ਉਹ ਅੰਬਾਂ ਬੂਟਾ ਤੱਕ ਉਹ ਵੀ ਸਿੱਜੀ ਗਿਆ ਬਾਕੀ ਇੱਧਰ ਸੋ ਤੱਕਣੇ ਸੋ ਬੂਟੇ ਹੀ ਬੂਟੇ ਸਾਰੇ ਇਸ ਵੇਲੇ ਖੁਸ਼ੀ ਮਨਾਈ ਰਹੇ ਕਿ ਅਸਾਂ ਕਿ ਪਾਣੀ ਲੱਭਾ ਹੈ ਚੁੱਸਣੇ ਵਾਸਤੇ ਤਾਂ ਇਹ ਤਾਂ ਗੇਡ ਹੈ ਤਾਂ ਗੇਡਾ ਕਿਉਂਕਿ ਖੁਲਸਾਂ ਆ ਤਾਂ ਗੇਡੂ ਬਾਹਰ ਜਿੱਤਾਂ ਆ ਬਾਹਰ ਤਾਂ ਅਸਾਂ ਆਏ ਹਾਂ ਤਾਂ ਬਾਹਰਾਂ ਨਾਲ ਸੋ ਮੌਸਮ ਚੈੱਕ ਕਰੋ ਇੱਥੇ ਬਾਹਰ ਵੀ ਬਾਰਿਸ਼ ਲੱਗੀ ਹੋਈ ਆ ਤਾਂ ਇਹ ਕੁੱਤਾ ਵੀ ਆ ਗਿਆ ਨੇ ਕੁੱਤਾ ਵੀ ਮੁੰਡਾ ਲਾਉਂਦਾ ਕਿ ਕੁਦਰੋਂ ਮੈਂ ਬਾਹਰ ਨਿਕਲਣਾ ਸਪੋਂਜ ਸ਼ਾਣੀ ਨੂੰ ਛੰਡਿਆ ਕੁੱਤੇ ਉਸ ਵੀ ਗੇਟ ਖੋਲ੍ਹਣਾ ਆਈ ਜਾ ਆ ਗਿਆ ਜੀ ਬਾਹਰ ਕੁੱਤਾ ਬਾਹਰ ਆਇਆ ਤਾਂ ਅੱਛੇ ਸਾਥ ਹੀ ਇਸ ਲਾਡੋ ਵਾਲਾ ਕੰਮ ਸ਼ੁਰੂ ਕਰੀ ਕਹਿੰਦਾ ਹਾਂ ਕੱਲ੍ਹ ਆਉਣਾ ਰੋਟੀ ਕੌਣ ਲੱਭੀ ਖਾਈ ਰਿਹਾ ਉਸੇ ਨਾ ਬਸ 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 ਪਤਾ ਰੱਖ ਮੈਂ ਜੱਡੂ ਤਾਂ ਬਾਹਰ ਆ ਹੀ ਗਿਆ ਤਾਂ ਅੱਗੇ ਜਾਣੇ ਪਿਆ ਐਸਾ ਹੀ ਨਜ਼ਰ ਸੁਣੀ ਅਸੀਂ ਆ ਜੰਡ ਜੰਡੀ ਬਰੁਕੋਵਾ ਉੱਠਿਆ ਉਹ ਪਾੜ ਗਿਆ ਨੇ ਉਹ ਇਹ ਵੀ ਮਾੜੇ ਲਈ ਇੱਥੇ ਬੈਰ ਲੜਨਾ ਸੀ ਆ ਬੈਰ ਨੂੰ ਕਹਿ ਰਹੇ ਉਸ ਨੂੰ ਕਿਰੇ ਪਈ ਗਈ ਉਸ ਨੇ ਤੰਬੂ ਨਜ਼ਰ ਰਚਣਾ ਸੀ ਆ ਇਸ ਤੰਬੂਆਂ 'ਚ ਰਹਿਣੇ ਪਏ ਜੀ ਬੋਰਿੰਗ ਵਾਲੇ ਜਣੇ ਉਹ ਸੁੱਤੇ ਵੀ ਇਸ ਵੇਲੇ ਜ਼ਹਿਰ ਇਸ ਵੇਲੇ ਨਾ ਟਾਈਮ ਹੈ ਇਸ ਵੇਲੇ ਟਾਈਮ ਜੇ ਰਹਿ ਨਾ ਜੇ ਲੋਕ ਜ਼ਿਆਦਾ ਆਰਾਮ ਕਰਨੇ ਲੋਕ ਜ਼ਿਆਦਾ ਕੰਮਾਂ ਵੀ ਲੱਗੇ ਜਾਣੇ ਪਰ ਇਹ ਕਿ ਥੋੜ੍ਹੇ ਆਰਾਮ ਕਰੀਏ ਕੰਮ ਜਾ ਕਰਨੇ ਨਾ ਉੱਥੋਂ ਦਿਹਾੜੀ ਕਰਨੇ ਤਾਂ ਮੈਂ ਜਾਣਾ ਸੀ ਆ ਡੱਡਿਆਲ ਤਾਂ ਮੋਟਰਸਾਈਕਲ ਅਸਾਂ ਇੱਥੇ ਬਾਹਰ ਖਿਲਾਈ ਉੜਿਆ ਕਿਉਂਕਿ ਅਸਾਂ ਜਦ ਜਾਣਾ ਉਹ ਮੋਟਰਸਾਈਕਲ ਵਾਲਾ ਜਾਣਾ ਤਾਂ ਬਾਕੀ ਬਾਦਸ਼ਾਹ ਦਾ ਜਾਂ ਬਨਵਾਸ ਹੋਣ ਕਿਤਾ ਬਾਦਸ਼ਾਹ ਦਾ ਬਨਵਾਸ ਵੀ ਕਰਨਾ ਤਾਂ ਕਿ ਕੱਪੜੇ ਨਾ ਸਜਣ ਬਾਰਸ਼ ਵਾਲਾ ਬਨਵਾਸ ਪੂਰਾ ਹੋ ਗਿਆ ਇਹ ਬਟੂਆ ਵੀ ਹੋ ਗਿਆ ਛਾਪਿਆ ਵੀ ਤਾਂ ਉਸ ਤੋਂ ਬਾਅਦ ਪੂਣੀ ਹੋ ਗਿਆ ਤਾਂ ਕਿ ਬਾਰਿਸ਼ ਅਗਰ ਤੇਜ਼ ਹੋ ਜਾਏ ਤਾਂ ਇਹ ਸੀਜਣ ਨਾ ਤਾਂ ਬਾਕੀ ਅਸਾਂ ਤੱਕਣੇ ਉਸ ਵੇਲੇ ਜੈਕਟ ਸ਼ੈਕਟ ਵੀ ਪਾਈ ਕਿੰਦੀ ਆ ਤਾਂ ਇਸ ਵੇਲੇ ਅਸਾਂ ਆਈ ਗਏ ਬਟ ਉਹ ਖਲਤਾ ਵਾ ਮੋਟਰਸਾਈਕਲ ਮੋਟਰਸਾਈਕਲ ਵੀ ਸਿੱਜਿਆ ਵਾ ਇਸ ਨੇ ਵੀ ਉੱਪਰ ਪਾਣੀ ਪਿਆ ਹੋਣ ਇਹ ਅਸਾਂ ਸਾਫ਼ ਕਰੀ ਕਿੰਨੇ ਆ ਤਾਂ ਇਸ ਨੇ ਉੱਪਰ ਬਹਿਣੇ ਆ ਤਾਂ ਅਸੀਂ ਮਾਰਨੇ ਆ ਕਿੱਕ ਤੌਰ ਪੁੱਛਣੇ ਆ ਡੱਡਿਆਲ ਆਖਿਰਕਾਰ ਅਸਾਂ ਉਸ ਜਗ੍ਹਾ ਪੁੱਛੀ ਆਏ ਜਿੱਥੇ ਅਸਾਂ ਅੱਛਾ ਸੀ ਮੋਟਰਸਾਈਕਲ ਉਹ ਨੀਚੇ ਅਸਾਂ ਖਿਲਾਇਆ ਤਾਂ ਬਾਕੀ ਅਸਾਂ ਆਪ ਪਛਾਣੋ ਜੀ ਤਾਂ ਕੀ ਦੱਸਾਂ ਪਛਾਣੀ ਗਏ ਉਸ ਵੇਲੇ ਕਿ ਇਸ ਵੇਲੇ ਅਸਾਂ ਕਿ ਜਾਇਆ ਜੀ ਅਸਾਂ ਇਸ ਵੇਲੇ ਆਏ ਹਾਂ ਜੀ ਗੌਰਮੈਂਟ ਡਿਗਰੀ ਕਾਲਜ ਡੱਡਿਆਲ ਇੱਥੇ ਸਾਡੀ ਡਿਊਟੀ ਸੀ ਆ ਉੱਥੇ ਅਸਾਂ ਆਏ ਹਾਂ ਡਿਊਟੀ ਕਰਨਾ ਸਰ ਬਾਕੀ ਇਹ ਚੀਜ਼ਾਂ ਚੀਜ਼ਾਂ ਅਸਾਂ ਅੱਲਾ ਹੀ ਦੱਸਣ ਸਾਂ ਬਾਹਰ ਸੋ ਡੱਡਿਆਲ ਕਾਲਜ ਜੋ ਅਸਾਂ ਨਿਕਲੀ ਤਾਂ ਇਸ ਵੇਲੇ ਆਈ ਗਏ ਹਾਂ ਜੀ ਮੇਨ ਸ਼ਹਿਰ ਡੱਡਿਆਲ ਇਸ ਵੇਲੇ ਅਸਾਂ ਮੌਜੂਦ ਹਾਂ ਜੀ ਮੇਨ ਰੋਡ ਆ ਤਾਂ ਬਾਰਿਸ਼ ਇਸ ਵੇਲੇ ਵੀ ਹਲਕੀ ਹਲਕੀ ਲੱਗੀ ਆ ਕਣੀਆਂ ਢਹਿ ਗਈਆਂ ਇਹ ਕਿ ਬੰਦਾ ਪੈਦਲ ਟੁਰਿਆ ਸਿੱਜਣਾ ਨਹੀਂ ਮੋਟਰਸਾਈਕਲ ਵੀ ਜਾਣਾ ਤਾਂ ਬੰਦਾ ਸਿੱਜ ਗਿਆ ਹੋਇਆ ਤਾਂ ਬਾਕੀ ਸਾਨੂੰ ਸੂਰਤ ਹਾਲ ਤੱਕ ਹੋਇਆ ਸ਼ਹਿਰਾਂ ਨੇ ਟ੍ਰੈਫਿਕ ਉਸੇ ਤਰ੍ਹਾਂ ਨੇ ਜਿੱਥੇ ਹੋਣੀ ਹੈ ਨਾਰਮਲ ਦਿਹਾੜੇ ਵਿੱਚ ਅਵਾਮ ਇਹ ਨਹੀਂ ਤੱਕਿਆ ਕਿ ਬਾਰਿਸ਼ ਲੱਗੀ ਹੋਇਆ ਤਾਂ ਡੱਡਿਆਲ ਸ਼ਹਿਰ ਜਾਂ ਜੋ ਹੈ ਉਹਨਾਂ ਅਸਾਂ ਸ਼ਾਪਿੰਗ ਕਰਨੀ ਹੈ ਤਾਂ ਸ਼ਾਪਿੰਗ ਅਸਾਂ ਕਰੀ ਤਾਂ ਜਾਂਦਾ ਚਾਹੇ ਬਾਰਿਸ਼ ਹੋਇਆ ਜਾਂ ਨਾ ਹੋਇਆ ਬਾਦਸ਼ਾਹ ਜੀ ਮੈਂ ਅਵਾਮ ਜ਼ਿਆਦਾ ਨਿਕਲਣੀ ਹੈ ਕਿ ਚਲੋ ਰਸ਼ ਥੋੜ੍ਹਾ ਘੱਟ ਸੀ ਤਾਂ ਸ਼ਾਪਿੰਗ ਈਜ਼ੀਲੀ ਅਸਾਂ ਕਰੀ ਜਾਂਦਾ ਆ ਅਸਾਂ ਇੱਕ ਸ਼ਾਹਪੁਰ ਆਇਆ ਚੀਜ਼ਾਂ ਦੀ ਜ਼ਰੂਰਤ ਸੀ ਤਾਂ ਅਸਲਾਮ ਅਲੈਕਮ ਅਸਲਾਮ ਜਨਾਬ ਕੀ ਹਾਲ ਹੈ ਅੱਲਾ ਸ਼ੁਕਰ ਸੋ ਸੁਣਾਓ ਹੈ ਸ਼ੁਕਰ ਅੱਲਾ ਨਾ ਆਪਣੀ ਸੁਣਾਓ ਤੇ ਟਰ ਕਿਆ ਨਾ ਆ ਮਾੜਾ ਨਾ ਤੁਹਾਨੂੰ ਨਾ ਜਾਣੇ ਜੀ ਨਾ ਮੈਂ ਪਹਿਲੀ ਵਾਰੀ ਆਇਆ ਡਿਡਿਆਲ ਕੀ ਕਰਨੇ ਹੋ ਜੀ ਸਾਕਬ ਨਾ ਮਾੜਾ ਸਾਕਬ ਇਹ ਹੁਣ ਨਾ ਰੱਖਿਆ ਨਾ ਜਾਂ ਬਚਪਨ ਸੂਈ ਆ ਬੜਾ ਅਫਸੋਸ ਹੈ ਜੀ ਬਚਪਨ ਤੋਂ ਹੀ ਹੋਣਾ ਨਾ ਆਪਣੀ ਦੁਕਾਨਾਂ ਪਰੋਂ ਹਾਂ ਕਿਆ ਦੇ ਰਹੇ ਹੋ ਆਵਾਮ ਕੀ ਆਵਾਮ ਕੀ ਚੀਜ਼ਾਂ ਰਿਵਿਊ ਦਿਓ ਨਾ ਆਵਾਮ ਕੀ ਇਹ ਮੈਂ ਸਾਰਾ ਦੱਸੀ ਹੋ ਰਿਹਾ ਬੈਗ ਸਾਹਿਬ ਹੁਣ ਸਾ ਥੋੜੀ ਸਹੀ ਤਸ਼ਰੀ ਕਰੀ ਰੋ ਹੈ ਇਹ ਜੀ ਕਰਿਆਨੇ ਦਾ ਸਮਾਨ ਕਰਿਆਨੇ ਦਾ ਸਮਾਨ ਯਾ ਦਾਲਾਂ ਸ਼ਾਲਾਂ ਚਾਵਲ ਸ਼ਾਵਲ ਮਹਿੰਗੇ ਦਾਮਾਂ ਜਾਂ ਸਸਤੇ ਦਾਮਾਂ ਹੀ ਸਸਤੇ ਦਾਮਾਂ ਹੀ ਸਸਤੇ ਦਾਮਾਂ ਹੀ ਬਾਏ 1 ਗੈਟ 1 ਫ੍ਰੀ ਆਪ ਕੀ ਚੀਜ਼ ਦੇਣੇ ਹੋ ਨਾਲ ਫ੍ਰੀ ਫ੍ਰੀ ਦੇਣੇ ਆ ਜੀ ਪਿਆਰ ਫ੍ਰੀ ਦੇਣੇ ਹੋ ਪਿਆਰ 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 ਹਾਂ ਤੁਸੀਂ ਚੀਜ਼ਾਂ ਦੀ ਗੱਲ ਕੀਤੀ ਹੈ ਚੀਜ਼ਾਂ ਫ੍ਰੀ ਦੇਣੇ ਹੋ ਕੀ ਚੀਜ਼ ਫ੍ਰੀ ਦੇਣੇ ਪਰ ਬਾਹਰ ਕਿੱਥਾ ਜੇ ਰਿਹਾ ਬਾਜੀ ਅਲਹਮਦੁਲਿਲਾ ਸ਼ੁਕਰ ਅੱਲਾ ਰੋਜ਼ ਰੱਬੀ ਬਾਈ ਕਿੰਨੇ ਹੋ ਗਏ 4-5 ਲੱਖ ਠੀਕ ਵੀ ਜਾਣਾ ਜੋ ਲੱਭੀ ਜਾ ਜਾ ਲਿਖਾ ਦਿੱਤਾ ਤਾਂ ਬਾਕੀ ਆਵਾਮ ਸੌਂ ਕੁਠਾ ਬਦੋਂ ਅਸ਼ਨੀ ਹੈ ਦੂਏ ਟਾਈਮ ਅਸਾਂ ਗਏ ਸਾਂ ਕਾਲਜ ਡਿਊਟੀ ਸ਼ਿਊਟੀ ਕਰੀ ਤਾਂ ਇਸ ਵੇਲੇ ਅਸਾਂ ਬਾਹਰ ਆਏ ਹਾਂ ਤਾਂ ਬਾਹਰ ਸੌਂ ਗਏ ਤੱਕ ਹੋਇਆ ਤਾਂ ਧੁੱਪ ਨਿਕਲੀ ਆਈ ਆ ਉਸ ਵੇਲੇ ਤਾਂ ਬਾਰਿਸ਼ ਲੱਗੀ ਸੀ ਤਾਂ ਬੜੀ ਮਿੱਠੀ ਮਿੱਠੀ ਬਾਰਿਸ਼ ਲੱਗੀ ਸੀ ਕੋਲ ਜਾਣਾ ਦਿਲ ਨਹੀਂ ਸੀ ਕਰਨਾ ਫਿਰ ਵੀ ਅਸਾਂ ਗਏ ਹਾਂ ਡਿਊਟੀ ਸ਼ਿਊਟੀ ਕਰਨਾ ਸਾਂ ਇਸ ਵੇਲੇ ਅਸਾਂ ਬੈਕ ਚੌਕਣੇ ਏਰੀਆ ਵਿੱਚ ਚਾਚੇ ਰੋਂ ਲਾਏ ਹਾਂ ਚਾਚੇ ਉਧਰ ਲੱਗੇ ਹੋਏ ਤਾਂ ਅਸਾਂ ਬੈਕ ਸਾਈਡ ਪਰ ਆਏ ਹਾਂ
ਮੌਸਮ ਜਿਹੜਾ ਆਇਆ ਜੀ ਉਹ ਕਾਫੀ ਸੋਹਣਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਠਾਕ ਹਾਂ। ਠੀਕ ਹੋ? ਠੀਕ ਹੈ। ਕੱਲੇ ਬੈਠੇ ਹੋ ਮੈਰੇ ਵਿੱਚ? ਬਸ ਜੀ, ਜਿਲ੍ਹਾ ਸੰਗੀ ਸਾਥੀ ਸਾਥ ਛੋੜੀ ਦੇਣ, ਕੱਲਾ ਹੀ ਬੰਦਾ ਮੈਂ। ਕੋਈ ਸਾਥ ਛੋੜਿਆ? ਪਾਂਡੇ ਵੀ ਫੋਨ ਕੀਤਾ, ਉਸ ਮੈਂ ਆਪਣੀ ਸ਼ਾਦੀ ਨਹੀਂ ਫਿਲਮ ਕਰਦਾ, ਤੁਸੀਂ ਬਣਾਓ ਨਾ ਬਣਾਓ ਸਾਡਾ ਕੋਈ ਤਲਕ ਨਹੀਂ। ਸ਼ਾਦੀ ਦੀ ਕਰੀ ਆ ਕਿਆ ਵਜ੍ਹਾ? ਪੁਰਾਣੀ ਸ਼ਾਦੀ ਨੇ ਫਿਲਮ ਐਡਿਟ ਕਰਨਾ ਪਿਆ ਤਾਂ ਇਹ ਕਰਦਾ ਦਵਾਂ ਦੱਸਾਂ। ਤਾਂ ਪੁਰਾਣੀ ਸ਼ਾਦੀ ਨੇ ਕਿਹਾ ਵੀਡੀਓ ਲਈ ਰਿਹਾ ਨਾ? ਉਹ ਅੱਗੇ ਚਾਰ ਫਿਲਮ ਕਮਾਈ ਰਿਹਾ ਤਾਂ ਫਿਰ ਕਮਾਸੀ ਨਾ, ਲੋਕਾਂ ਨੇ ਪਾਗ ਬਣਾਇਆ। ਥੋੜ੍ਹੀ ਬੜੀ ਵਾਮ ਆਉਣਾ ਕਿੰਨਾ ਪੈਸੇ? ਥੋੜ੍ਹੀ ਦਾ ਪੈਸੇ ਕਿੰਨਾ? ਇਹ ਵਾਰੀ ਲੋਕਾਂ ਨੇ ਵੀਡੀਓ ਦੱਸੀ ਤਾਂ ਦੁਬਾਰਾ ਆਉਣਾ ਨਾ ਦੱਸਿਆ। ਦੁਬਾਰਾ ਜੀ ਸ਼ਾਦੀ ਹੋਈ ਜੀ, ਫਿਰ ਕਿਤਰੀ ਹੋਈ ਜੀ, ਬਲਕਿ ਕਈ ਕਰਦੀ ਹੈ ਜੇ ਰੰਗ ਦੱਸੋ ਕਿ ਪਰੇਸ਼ਾਨ ਹੋ? ਮੈਂ ਸਮਝ ਪਰੇਸ਼ਾਨ ਹੋ, ਸਾੜੀ ਇੱਕ ਵੀ ਬਣਦੀ, ਉਹ 20 ਦਫਾ ਬਣਾਈ ਰਿਹਾ। ਕਿਆ ਸ਼ਾਦੀ? ਸ਼ਾਦੀ ਕਿਆ ਖਿਦਮਤ ਦੱਸੋ ਸਾਨੂੰ? ਬਾਕੀ ਹੁਣ ਅਸਾਂ ਚਾਰਾਂ ਕੱਪ ਚੀਕ ਜੀ, ਚਾਰਾਂ ਕੱਪ ਜਿਹੜਾ ਹੈ ਨਾ ਬੜਾ ਗਰਮ ਹੈ, ਏਸੀ ਮਾਲੇ ਅਸੀਂ ਪੋਨਾ ਪੇਸੀ ਆ ਕੁੰਡੇ ਵਿੱਚੋਂ, ਤਾਂ ਕੁੰਡੇ ਵਿੱਚ ਹੱਥ ਰੱਖਣੇ ਆ ਤਾਂ ਫਿਰ ਸੈਨੀਟਾਈਜ਼ ਕਰੀ ਦਾ ਬਾਣੇ ਆ ਮੈਂ ਹੁਣ ਮਜ਼ਾ ਆ ਜਾਂਦਾ। ਡਾਕਟਰ ਕਿਆ ਦੱਸਿਆ? ਡਾਕਟਰ ਨੇ ਤਾਂ ਬੜਾ ਕੁਝ ਦੱਸਿਆ ਹੈ, ਹਾਂ ਜਾਓ ਹਰ ਚੀਜ਼ ਟੀਕੇ ਲੱਗੇ ਹੀ ਜਾਣੇ ਹੋਣੇ, ਬਾਕੀ ਸਿਹਤ ਠੀਕ ਹੈ। 3000 ਰੁਪਏ ਕਰੀ ਕਿੰਨੇ, ਕੋਈ 2-3 ਹਜ਼ਾਰ ਸ਼ੁਰੂ ਹੋਈ ਹੈ ਤਾਂ ਇੱਥੇ ਵੀ 2-3 ਹਜ਼ਾਰ ਦੇ ਜਾ ਸੋਣਾ, ਡਿਸਕਾਊਂਟ ਹੈ ਪਹਿਲੇ 10-9% ਦਾ, ਅਗਲੇ ਦਿਨ ਮਾਲੇ 5 ਬਣਾਈ ਜਾ ਸਾਨੂੰ, ਬਾਕੀ ਭਾਪਾ ਸੌਂ ਕਿਆ ਲੈ ਅੱਲਾ ਦਾ ਸ਼ੁਕਰ। ਕੰਮ ਕੈਸਾ ਜੇ ਰਿਹਾ? ਹਵਾ ਮੱਛੀ ਰਹੀ ਹੈ ਇਨਸ਼ਾਅੱਲਾ, ਸਾਡਾ ਤਾਂ ਹੁਣ ਸਾਨੂੰ ਨਾਲ ਹੈ, ਬਾਕੀ ਆ ਸਾਨੂੰ ਤਾਂ ਸਾਡੇ ਪਾਪਾ ਵੀ ਤਾਂ ਸ਼ਾਮਨ ਕਰੀ ਰਹੇ, ਇਹਨੇ ਪਹਿਲਾਂ ਦਵਾਈ ਸਵਾਈ ਦੇ ਕੇ ਨਾਉਣਾ, ਬੜਾ ਮੈਂ ਇੰਤਜ਼ਾਰ ਕੀਤਾ ਕਿ ਪਾਪਾ ਫਰੀ ਹੋ ਜਾ, ਫਰੀ ਹੋ ਜਾ, 10 ਮਿੰਟ ਹੋ ਗਿਆ ਮੈਂ ਇੱਥੇ ਖੱਲਦੇ ਹਾਂ, ਇਹ ਪਾਪਾ ਫਰੀ ਨਹੀਂ ਆਉਂਦਾ, ਮੈਨੂੰ ਲੱਗਣਾ 10 ਮਿੰਟ ਹੋਰ ਲਈ ਜਾ ਸਕਦੇ, ਤਾਂ ਮੈਂ ਆਪਣੀ ਦਵਾਈ ਚੁੱਕਣਾ, ਨਹੀਂ ਚਾਹੀਦੀ ਆ ਖਾਂਸੀ ਨਹੀਂ, ਦਵਾ ਖਾਂਸੀ ਪਟੋਣਾ ਬਚਨ ਨਾ ਗਿਆ ਸਾਂ ਪੱਟੀ ਦੇ ਪੈਸੇ ਆਰਾਮ ਸੀ ਇਸ ਨਾਲ ਡਿਸਕਾਊਂਟ ਖੁੱਲਿਆ 100%। ਬਾਦਲ ਖਾਨ, ਬਾਦਲ ਦਾ ਅਪਰੂਵ ਮਾਰੇ ਲਈ ਚੜੇ ਹੋਇਆ, ਹਾਂ ਚੜੇ ਹੋਇਆ ਜੀ, ਸਵੇਲਾ ਬਾਰਿਸ਼ ਵੀ ਲੱਗੀ ਸੀ, ਉਸ ਵੇਲੇ ਬਰਸੇ ਸਨ, ਹੁਣ ਥੋੜ੍ਹੇ ਉੱਡ ਰਹੀ ਗਏ, ਹੋਰ ਸੁਣਾਓ ਸਰ ਠੀਕ ਹੈ? ਤਾਂ ਕਿਹੜੇ ਇਲਾਕੇ ਜੀ ਬਰਸੇ ਸੋ? ਜੀ ਅਸਾਂ ਬਰਸੇ ਸਨ ਪੂਰੇ ਆਲ ਡੜਿਆਲੀ 'ਚ, ਪਾਪਾ ਅਸਾਂ ਹੀ ਚਾਹੀਦਾ ਸੇਬ, ਸੇਬ ਕਿਤਨੇ ਵਜਦੇ ਨੇ? ਰੋਟੀ ਨੀ ਜ਼ਿਆਦਾ ਖਾਣਾ ਪਾਣੀ ਆ ਤਾਂ ਇਹ ਤਾਂ ਵੈਸੇ ਟੇਸਟ ਬਣੇ ਕਰਨਾ, ਕਿਸੇ ਥੋੜੀ ਅੱਛੀ ਹੈ ਕਿਤਨਾ? 2 ਕਿਲੋ। ਚਲੋ ਕਿਲੋ ਤੁਸੀਂ ਤਰਫ ਤੋਂ ਕਿਲੋ ਮਾਰੀ ਦੱਸੋ। ਇਸ ਤਰ੍ਹਾਂ ਬਣਿਆ ਕਿ ਮੈਂ ਉਸਦੇ ਅੰਦਰ ਦਾਹ ਆਉਣਾ ਹੋਇਆ, ਚਲੋ ਹੁਣ ਫਿਲਹਾਲ ਬਹੁਣ ਬਾਅਦ ਚੱਕ ਕਰੀ ਕਿਨਸਾ, ਤਾਂ ਰੇਟ ਕਿਆ ਹੈ ਇਸ ਤਰ੍ਹਾਂ? ਇਸ ਦਾ ਰੇਟ 550। ਇਹ 100 ਰੁਪਇਆ ਕਦੋਂ ਚੜਿਆ? ਹਾਂ ਇਹ ਵੀਡੀਓ ਬਣਾ ਬੰਨੇ ਨਹੀਂ ਚੜਿਆ, ਵੀਡੀਓ ਬਣਾ ਦਾ ਘਟਣਾ ਹੋਣਾ ਚੰਗਾ ਕਰਵਾਉਣਾ ਉਸਤਾਦ ਜੀ, 100 ਰੁਪਇਆ ਇਸ ਚਾਰੀ ਵੀਡੀਓ ਵੀਡੀਓ ਬਣਾਉਣੇ ਪਰ। ਮੈਂ ਪਰਸੋਂ ਬੋਲਾ ਹੂੰ, ਉਹ ਬੰਨ ਸਹੀ ਨਹੀਂ ਜਾਣਤਾ ਹੂੰ, ਪਰਸੋਂ ਬਾਤ ਕਰੋਗੇ, ਅੱਲਾ ਇਸਕੋ ਪੁੱਛੇਗਾ, ਅੱਲਾ ਇਸਕੋ ਪੁੱਛੇਗਾ। ਮੇਰਾ ਦਿਲ ਅਭੀ ਇਹੀ ਕਹਿ ਰਿਹਾ ਕਿ ਮੈਂ ਇਹ ਸੇਬ ਇੱਧਰ ਹੀ ਛੋੜ ਜਾਊਂ, ਗੜ ਚਲਾ ਜਾਊਂ, ਇਸੇ ਤਰ੍ਹਾਂ ਸ਼ਾਪਰ ਮੈਂ ਪਰ ਆ ਰਹੇ। ਗਰਮਾ ਵੀ ਚਾਹੀਏ ਥਾ, ਗਰਮਾ ਕਿਸ ਤਰ੍ਹਾਂ ਹੈ? ਗਰਮਾ 200 ਰੁਪਇਆ ਕਿਲੋ, ਡਬਲੀ ਗਰਮਾ ਮੇਰੇ ਖਿਆਲ ਮੇਂ ਰਹਿਣੇ ਦੋ। ਅਸਾਂ ਸੇਬ ਵਿੱਚ ਹੀ ਕਹਿੰਦੇ, ਗਰਮਾ ਵਿੱਚ ਹੀ ਕਹਿੰਦੇ ਆ, ਤਾਂ ਬਾਕੀ ਕਿਹਾ ਜਾ ਜਾਣਾ ਬੈਠਾ ਸੀ ਨਾ ਜੀ, ਉਹ ਕੋਈ ਨਾ ਗੁਆਂਢੀ ਬੈਠਾ ਹੋਇਆ ਸੀ ਆ, ਉਹਨਾਂ ਭਾਪੇ ਹੋਣਾ, ਤਾਂ ਹੁਣ
ਰੇਟ ਇਨਾ ਕਿਤਾ ਆ ਸਾਈ ਕਿਤੇ ਪੈਸੇ ਹੋਏ ਕਿਲੋ ਸੇ ਹੋਈ ਗਿਆ ਸਵਾ ਕਿਲੋ ਗਰਮਾ ਟੋਟਲ 600 ਰੁਪਏ ਹੋਈ ਟੋਟਲ 600 ਰੁਪਿਆ ਬੰਨਾ ਤਾਂ ਉਹ ਕੋਨਾ ਬੰਨਾ ਪਾ ਲਿਆ ਉਸਨੇ ਉਹਦਾ ਉਹ ਇਹਦਾ ਪਾਲਾ ਨਾ ਮੁਲਾ ਪਾਲਾ ਮੁਲਾ ਸੀ ਰੇਟ ਕੋਣ ਪਤਾ ਉਹਨੇ ਰੇਟ ਕੋਣ ਹੀ ਪਤਾ ਸੀ ਰੇਟ ਕੋਲਾ ਤੇਲ ਰੇਟ ਦਾ ਤਾਂ ਤੇਲ ਬਿਆਸ ਦਸਾਂ ਨੇ ਨਹੀਂ ਬਿਆਸ ਦਸਾਂ ਵੀ ਤੇ ਬਿਆਸ ਦਸਾਂ ਵੀ ਪਾਇਆ ਰਸੀ ਰੇ ਬਾਕੀ ਹੁਣ ਆ ਦੱਸਣ ਪੈਸੇ ਪੂਰਾ 600 ਰੁਪਿਆ ਆਪਾਂ ਫਿਰ ਦੇਣੇ ਆ ਇਹਦਾ ਸਾਰਾ ਮੋਟਰਸਾਈਕਲ ਖਲਤਾ ਤਾਂ ਇਹਦਾ ਕੋਈ ਡਾਕੂ ਆਈ ਗਿਆ ਕੋਈ ਚੋਰ ਆਈ ਗਿਆ ਮਾੜੇ ਦੇ ਕਸ ਪਰ ਡਾਕਾ ਬਣ ਸਕੋ ਇਸ ਦੁਕਾਨਾਂ ਪਰ ਬੂਲ ਲੁੱਟਿਆ ਇਹਨਾਂ ਆਵਾਮ ਕੇ ਬਹੁਤ ਡਾਕਾ ਇਹਨਾਂ ਪਰ ਕੁਝ ਵੀ ਨਹੀਂ ਵੈਸੇ ਮੈਂ ਇੱਥੇ ਖਲਤਾ ਸਾਂ ਮੈਂ ਚਲੋ ਕੋਈ ਛੱਡੀ ਛੱਡੀ ਹਵਾ ਲਵਾਈ ਕਿੰਨਾ ਬਾਦਲ ਪੱਟੇ ਰਹੇ ਸਨ ਉਹ ਜਿਹੜਾ ਜਿਹੜਾ ਬੈਠਾ ਹੋਣਾ ਉਹ ਵੀ ਬਾਦਲ ਨੇ ਬਾਦਲ ਜੁਲਾ ਹੁਣ ਘਰ ਵਾਲੀ ਸਾਈਡ ਪਾਪਾ ਜਹਾਂਗੀਰ ਆਉਣੇ ਜੁਲੋ ਘਰ ਵਾਲੀ ਸਾਈਡ ਕਿ ਅੱਗੇ ਰੋਟੀ ਪੱਕੀ ਆ ਤਾਂ ਰੋਟੀ ਖਾਈ ਤਾਂ ਗਿਆ ਅੱਜ ਜਿਹੜੀ ਵੀਡੀਓ ਆਇਆ ਸੀ ਜੀ ਸੁਬਾਹ ਸਾਂ ਜਿਹੀ ਚੱਕ ਰਹੀ ਸੀ ਉਸ ਵੇਲੇ ਲੱਗ ਰਹੀ ਸੀ ਆ ਬਾਰਿਸ਼ ਜਿਹਾ ਉਸ ਜਣੇ ਮੈਂ ਤੱਕਿਆ ਨਾ ਉਸ ਵੇਲੇ ਬਾਦਲ ਉੱਡ ਰਹੀ ਗਏ ਨਸੀ ਗਏ ਤਾਂ ਕੁਦਰ ਗਏ ਲੱਭੇ ਨਹੀਂ ਕੁਦਰ ਗਏ ਤਾਂ ਬਾਕੀ ਨਾਲ ਹੀ ਸੌਂ ਕਿ ਨਏ ਜਾਦੇ ਜਵਾਨੀ ਸੌਂ ਖਿਦਮਤ ਇਸ ਤਰ੍ਹਾਂ ਸਾਂ ਨਈ ਨਈ ਵੀਡੀਓ ਕਿ ਹਾਜ਼ਰ ਹੋਣੇ ਸਾਂ ਤਬ ਤੱਕ ਦੇਖੋ ਜਾਜ਼ਰ ਫੀਮਾਨ ਅੱਲਾ।